ਸੋ ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਵਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਜਨਰਲ ਰਮਨ ਇੰਸਟੀਚਿਊਟ ਦੇ ਅਤੇ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਹ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਪੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਨ ਬਾਇ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ ਸੋ ਇਸ ਚੈਨਲ ਦੇ ਉੱਤੇ ਪੀਐਸਟੈਟ ਸੀਟੈਟ ਮਾਸਟਰ ਗ੍ਰੈਜੂਏਟਰ ਐਨਟੀਟੀ ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਜੰਦਗਾ ਨੇ ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਸਵੈਦੇਸ਼ ਐਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਇੰਡੀਵਿਜੂਅਲੀ ਡਿਫਰੈਂਸ ਦੀ ਯਾਨੀ ਕਿ ਵਿਅਕਤੀਗਤ ਪੈਂਤਾ ਦੀ ਸਿਸ ਤੋਂ ਪਹਿਲਾਂ ਥਿਉਰੀ ਇਸ ਦੀ ਕੰਪਲੀਟ ਹੋ ਚੁੱਕੀ ਹੈ ਉਹ ਦੋਸੀ ਪਲੇਸ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੋ ਸਿਰ ਦਾ ਸੈਕੰਡ ਪਾਰਟ ਹੈ ਐਮਸੀਕਿਊ ਵਾਲਾ ਜੋ ਕਿ ਤੁਹਾਨੂੰ पी स्टेट एंटिटी अति सुपरवाइजर दे एग्जाम दे ले जेड़ा हेल्पफुल ਰਹੂਗਾ ओके सो सेकंड पार्ट है सो पहला फर्स्ट पार्ट जेड़ा एमसीक्यू बड़ा भी कंप्लीट हो चुका है सो WhatsApp ग्रुप जॉइन करने ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ सो ग्रुप पेड ਹੈ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਦੇ ਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅੱਗੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੀ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਸ਼ੁਰੂ ਕਰਦੇ ਆ ਸੈਸ਼ਨ ਇਹਦਾ ਸੋ ਆਈ ਦਾ ਫਰਸਟ ਕੁਐਸਚਨ ਰਹੇਗਾ ਜੀ ਵਿਅਕਤੀਗਤ ਪੰਨਤਾਮਾ ਤੋਂ ਕੀ ਭਾਵ ਹੈ ਸੋ ਆਪਸ਼ਨ 1 ਹੈ ਇੱਕ ਵਿਅਕਤੀ ਦੇ ਅੰਦਰ ਵੱਖ-ਵੱਖ ਗੁਣ ਹੋਣੇ ਆਪਸ਼ਨ 2 ਹੈ ਇੱਕ ਵਿਅਕਤੀ ਅੰਦਰ ਵੱਖ-ਵੱਖ ਔਗਣ ਹੋਣੇ ਆਪਸ਼ਨ 3 ਹੈ ਵਿਅਕਤੀ ਦਾ ਦੂਜੇ ਵਿਅਕਤੀ ਤੋਂ ਵੱਖਰਾ ਹੋਣਾ ਅਤੇ ਆਪਸ਼ਨ 4 ਹੈ ਅਪਰੋਖਤ ਦੇ ਵਿੱਚੋਂ ਕੋਈ ਨਹੀਂ ਹੋ ਸੋ ਜਿਸੀ ਗੱਲ ਕਰੀਏ ਵਿਅਕਤੀਗਤ ਪਿੰਤਾ ਦੀ ਇੰਡੀਵਿਜੂਅਲੀ ਡਿਫਰੈਂਸ ਦੀ ਤਾਂ ਇਹਦੇ ਵਿੱਚ ਪ੍ਰਮੁੱਖ ਤੌਰ ਦੇ ਉੱਪਰ ਜ਼ਿਕਰ ਆਉਂਦਾ ਹੈ ਇੱਕ ਵਿਅਕਤੀ ਦਾ ਦੂਸਰੇ ਵਿਅਕਤੀ ਦੇ ਨਾਲੋਂ ਵੱਖਰਾ ਹੋਣਾ ਜਾਂ ਵੱਖ ਹੋਣਾ ਸੋ ਇਹਦੇ ਵਿੱਚ ਇਨਕਲੂਡ ਆ ਜਾਂਦਾ ਹੈ ਤੋ ਵਿਅਕਤੀਗਤ ਪਿੰਦਾ ਅਰਥ ਹੈ ਕਿ ਇੱਕ ਵਿਅਕਤੀ ਦਾ ਦੂਸਰੇ ਵਿਅਕਤੀ ਤੋਂ ਪਿੰਨ ਹੋ ਜਾਣਾ ਜਾਨਕੀ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਸੇਮ ਨਹੀਂ ਹੈ ਉਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਚਾਹੇ ਉਹ ਫਿਜ਼ੀਕਲ ਹੈ ਚਾਹੇ ਉਹ ਮੈਂਟਲੀ ਹੈ ਕਿਸੇ ਨਾ ਕਿਸੇ ਤਰ੍ਹਾਂ ਦਾ ਜ਼ਰੂਰ ਕੋਈ ਨਾ ਕੋਈ ਪਿੰਦਾ ਪਾਈ ਜਾਂਦੀ ਹੈ ਸੋ ਉਹਨਾਂ ਦੇ ਵਿੱਚ ਇਕੁਐਲਿਟੀ ਜਿਹੜੀ ਨਹੀਂ ਪਾਈ ਜਾਂਦੀ ਜਾਨਕੀ ਇੱਕੋ ਜਿਹੀ ਨਹੀਂ ਹੋ ਸਕਦੇ ਸਾਰੇ ਪਰਸਨ ਸੋ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਪਿੰਨਤਾ ਹਰ ਵਿਅਕਤੀ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੈ ਜਿਹੜਾ ਸੇਮ ਹੋਣ ਠੀਕ ਹੈ ਨੈਕਸਟ ਹੈ ਸੈਕੰਡ ਨੰਬਰ ਕੁਐਸਚਨ ਵਿਵਹਾਰ ਵਿੱਚ ਵਿਅਕਤੀਗਤ ਭਿੰਨਤਾ ਨੂੰ ਜੀਵਾਂ ਵਿੱਚ ਕਿਵੇਂ ਵੇਖਿਆ ਜਾਂਦਾ ਹੈ ਸੋ ਆਪਸ਼ਨ 1 ਹੈ ਔਗੁਣਾ ਦੇ ਰੂਪ ਦੇ ਵਿੱਚ ਆਪਸ਼ਨ 2 ਹੈ ਵਿਸ਼ੇਸ਼ਤਾਵਾਂ ਦੇ ਰੂਪ ਦੇ ਵਿੱਚ ਆਪਸ਼ਨ 3 ਹੈ ਕਿਸੇ ਰੂਪ ਦੇ ਵਿੱਚ ਨਹੀਂ ਅਤੇ ਆਪਸ਼ਨ 4 ਹੈ ਇਹਨਾਂ ਚੋਂ ਕੋਈ ਨਹੀਂ ਵਿਭਾਗ ਦੇ ਵਿੱਚ ਅਸੀਂ ਗੱਲ ਕਰ ਗਏ ਤਾਂ ਜਿਹੜਿਆ ਵਿਅਕਤੀਗਤ ਭਿੰਨਤਾ ਹੈ ਅਗਰੈਸਿਵ ਨੂੰ ਜੀਵਨ ਦੇ ਵਿੱਚ ਦੇਖਣਾ ਚਾਹੁੰਦੇ ਹਾਂ ਦੇਖਣਾ ਚਾਹੁੰਦੇ ਹਾਂ ਤਾਂ ਇਸ ਦੇ ਲਈ ਅਸੀਂ ਇਸਤੇਮਾਲ ਕਰਦੇ ਹੈਗੇ ਆ ਵਿਸ਼ੇਸ਼ਤਾਵਾਂ ਸੋ ਵਿਸ਼ੇਸ਼ਤਾਵਾਂ ਦੇਖਦੇ ਹੈ ਕਿ ਉਹ ਕਿਹੜੇ ਕੰਮ ਦੇ ਵਿੱਚ ਜਿਹੜਾ ਦੂਸਰੇ ਵਿਅਕਤੀ ਦੇ ਨਾਲੋਂ ਭਿੰਨ ਹੈ ਸੋ ਇਸ ਦੇ ਥਰੂ ਜਿਹੜਾ ਅਸੀਂ ਕਹਿ ਸਕਦੇ ਹੈਗੇ ਅਗੇ ਕਿ ਅਸੀਂ ਵਿਅਕਤੀਗਤ ਭਿੰਨਤਾਵਾਂ ਨੂੰ ਜਿਹੜਾ ਜਾਣ ਸਕਦੇ ਹਾਂ ਕਿ ਦੂਸਰਾ ਪਰਸਨ ਜਿਹੜਾ ਹੈ ਉਹ ਕਿਵੇਂ ਭਿੰਨ ਹੈ ਦੂਸਰੇ ਵਿਅਕਤੀ ਦੇ ਨਾਲੋਂ ਓਕੇ ਨੈਕਸਟ ਹੈ ਪੇ ਨੰਬਰ ਵਿਅਕਤੀਗਤ ਵਿਸ਼ੇਸ਼ਤਾਵਾਂ ਦੀ ਗੱਲ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ ਸੋ ਆਪਸ਼ਨ 1 ਹੈ ਬਹਾਤਮਾ ਬੁੱਧ ਨੇ ਆਪਸ਼ਨ 2 ਹੈ ਅਰਸਟੋ ਨੇ ਆਪਸ਼ਨ 3 ਹੈ ਪੈਕਟੋ ਨੇ ਅਤੇ ਆਪਸ਼ਨ 4 ਹੈ ਪਾਈਥਾਗੋਰਸ ਜਾਂ ਪੈਥਾਗੋਰਸ ਜਿਹੜਾ ਕਿਹਾ ਜਾਂਦਾ ਉਹਨਾਂ ਨੂੰ ਅਗਰ ਵਿਅਕਤੀਗਤ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹਨਾਂ ਦੀ ਗੱਲ ਕੀਤੀ ਗਈ ਸੀਗੀ ਪੈਕਟੋ ਦੇ ਦੁਆਰਾ ਸੋ ਪੈਕਟੋ ਨੇ ਕਿਹਾ ਸੀਗਾ ਕਿ ਜਦੋਂ ਅਸੀਂ ਵਿਅਕਤੀਗਤ ਭਿੰਨਤਾਵਾਂ ਨੂੰ ਦੇਖਣਾ ਹੈ ਤਾਂ ਇਹਦੇ ਲਈ ਅਸੀਂ ਉਸ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਸ ਨੂੰ ਧਿਆਨ ਦੇ ਵਿੱਚ ਰੱਖਾਂਗੇ ਨੈਕਸਟ ਹੈ ਸਰਵ ਸਿਸਟਾ ਬਾਰੇ ਮਾਲਟਨ ਨੇ ਸਰਵ ਸਿਸਟਾ ਬਾਰੇ ਮਾਲਟਨ ਨੇ ਆਪਣੇ ਵਿਚਾਰ ਆਪਣੇ ਮੋਡਲੇ ਦੇ ਅਨਨ ਦੇ ਵਿੱਚ ਕੀ ਦੱਸਿਆ ਹੈ ਕਿ ਸਰਵ ਸਿਸਟਾ ਕੁਝ ਪਰਿਵਾਰਾਂ ਵਿੱਚ ਜਾ ਕੇ ਸੋ ਆਪਸ਼ਨ 1 ਹੈ ਉਹਨਾਂ ਦੀ ਰੱਖਿਆ ਕਰਦੀ ਹੈ ਆਪਸ਼ਨ 2 ਹੈ ਉਹਨਾਂ ਨੂੰ ਖਰਾਬ ਕਰਦੀ ਹੈ ਆਪਸ਼ਨ 3 ਹੈ ਉਹਨਾਂ ਨੂੰ ਹੰਕਾਰੀ ਬਣਾ ਦਿੰਦੀ ਹੈ ਅਤੇ ਆਪਸ਼ਨ 4 ਹੈ ਕੋਈ ਨਹੀਂ ਸਮਾਲਟਰਨ ਦੇ ਅਨੁਸਾਰ ਜਿਹੜਾ ਹੈ ਸਰਵਸ਼ੇਸ਼ਤਾ ਦੇ ਬਾਰੇ ਜਦੋਂ ਉਹਨਾਂ ਨੇ ਅਧਿਐਨ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੀ ਸਰਵਸ਼ੇਸ਼ਤਾ ਹੈ ਉਹ ਕੁਝ ਪਰਿਵਾਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਰੱਖਿਆ ਕਰਦੀ ਹੈ ਸਰਵਸ਼ੇਸ਼ਤਾ ਮਤਲਬ ਹੈ ਕਿ ਉਹਦੇ ਵਿੱਚ ਅੱਛੇ ਜਿਹੜੇ ਹਨਾ ਗੁਣ ਹੋਣੇ ਔਰ ਹਰ ਇੱਕ ਕੰਮ ਨੂੰ ਕਰਨ ਦੀ ਸ਼ਕਤੀ ਹੋਣਾ ਠੀਕ ਹੈ ਜਾਂ ਹਰ ਇੱਕ ਚੀਜ਼ ਦਾ ਜਿਹੜਾ ਕਿਸ ਦੇ ਵਿਰੁੱਧ ਕਰਨ ਦੀ ਹੈ ਨਾ ਸ਼ਮਤਾ ਹੋਣਾ ਉਸੇ ਨੂੰ ਅਸੀਂ ਜਿਹੜਾ ਰੱਖਿਆ ਕਰਨੇ ਹੈ ਕਿ ਆ ਕੀ ਨੈਕਸਟ ਹੈ 25 ਨੰਬਰ 19ਵੀਂ ਸਦੀ ਵਿੱਚ ਕਿੱਥੋਂ ਦੇ ਮਨੋਵਿਗਿਆਨੀ ਦੀ ਰੁਚੀ ਵਿਅਕਤੀਗਤ ਵਿੱਚ ਸੀਗੀ ਯਾਨੀ ਜਿਹੜੀ ਧੰਤਮਾਂ ਦੇ ਵਿੱਚ ਸੀਗੀ ਸੋ ਆਪਸ਼ਨ 1 ਹੈ ਇੰਗਲੈਂਡ ਦੇ ਆਪਸ਼ਨ 2 ਹੈ ਅਮਰੀਕਾ ਦੇ ਆਪਸ਼ਨ 3 ਹੈ ਜਰਮਨੀ ਦੇ ਅਤੇ ਆਪਸ਼ਨ 4 ਹੈ ਇਟਲੀ ਦੇ ਆਗਰ 19ਵੀਂ ਸਦੀ ਦੀ ਗੱਲ ਕਰੀਏ ਤਾਂ 19ਵੀਂ ਸਦੀ ਦੇ ਵਿੱਚ ਇਹਨਾਂ ਦੇ ਵਿੱਚੋਂ ਜਰਮਨ ਦਾ ਜਿਹੜਾ ਮਨੋਵਿਗਿਆਨੀ ਸੀਗਾ ਉਸ ਨੇ ਸਭ ਤੋਂ ਪਹਿਲਾਂ ਵਿਅਕਤੀਗਤ ਪੈਂਤਮਾਂ ਦੀ ਜਿਹੜੀ ਗੱਲ ਕੀਤੀ ਹੈ ਠੀਕ ਹੈ ਜਿਹੜੀ ਇਨਵੀਜ਼ਿਬਲੀ ਡਿਫਰੈਂਸ ਦੀ ਜਿਹੜੀ ਗੱਲਬਾਤ ਉਹਦੀ ਸ਼ੁਰੂਆਤ ਕੀਤੀ ਹੈ ਨੈਕਸਟ ਹੈ ਵਿਅਕਤੀਗਤ ਪੈਂਤਮਾ ਵਿੱਚ ਪੂਰੀ ਸ਼ਖਸੀਅਤ ਦਾ ਕੋਈ ਵੀ ਅਜਿਹਾ ਪਹਿਲੂ ਸ਼ਾਮਲ ਹੋ ਸਕਦਾ ਹੈ ਜਿਸ ਦਾ ਮਾਪ ਕੀਤਾ ਜਾ ਸਕਦਾ ਹੈ ਇਸ ਦਾ ਕਥਨਕਾਰ ਕੌਣ ਹੈ ਆਪਸ਼ਨ 1 ਹੈ ਟਾਈਲਟਰ ਟਾਈਲਰ ਆਪਸ਼ਨ 2 ਹੈ ਸਕੈਨਰ ਆਪਸ਼ਨ 3 ਹੈ ਮਾਰਸਤੂ ਅਤੇ ਆਪਸ਼ਨ 4 ਹੈ ਟਾਲਸਟਾਈ ਸੋ ਅਗਰ ਵਿਅਕਤੀਗਤ ਭਿੰਨਤਾਵਾਂ ਦੀ ਗੱਲ ਕਰਗੇ ਤਾਂ ਉਹਦੀ ਪੂਰੀ ਸ਼ਖਸੀਅਤ ਦੇ ਵਿੱਚ ਕੋਈ ਵੀ ਚੀਜ਼ ਕੋਈ ਵੀ ਪਹਿਲੂ ਜਿਹੜਾ ਉਹ ਸ਼ਾਮਲ ਹੋ ਸਕਦਾ ਇਹਦਾ ਅਰਥ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਸਰੀਰਕ ਤੌਰ ਤੇ ਵੱਖ ਹੋ ਸਕਦਾ ਹੈ ਮਾਨਸਿਕ ਤੌਰ ਤੇ ਵੱਖ ਹੋ ਸਕਦਾ ਹੈ ਸੁਣਨ ਦੇ ਵਿੱਚ ਵੱਖ ਹੋ ਸਕਦਾ ਹੈ ਸਮਝਾਉਣ ਦੇ ਵਿੱਚ ਵੱਖ ਹੋ ਸਕਦਾ ਹੈ ਬੋਲਣ ਦੇ ਵਿੱਚ ਵੱਖ ਹੋ ਸਕਦਾ ਹੈ ਤੁਰਨ ਫਿਰਨ ਦੇ ਵਿੱਚ ਵੱਖ ਵੱਖ ਹੋ ਸਕਦਾ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪੱਖ ਜਿਹੜਾ ਹੈ ਉਹ ਸ਼ਾਮਲ ਕੀਤਾ ਜਾ ਸਕਦਾ ਹੈ ਵਿਅਕਤੀਗਤ ਭਿੰਨਤਾ ਦੇ ਵਿੱਚ ਅਤੇ ਜਿਸ ਨੂੰ ਮਾਪ ਕੀਤਾ ਜਾ ਸਕਦਾ ਜਿਹਨੂੰ ਨੋਟ ਕੀਤਾ ਜਾ ਸਕਦਾ ਹੋਵੇ ਸੋ ਉਸ ਨੂੰ ਅਸੀਂ ਵਿਅਕਤੀਗਤ ਭਿੰਨਤਾ ਕਹਿੰਦੇ ਹਾਂ ਸੋ ਇਹ ਹੀ ਡੈਫੀਨੇਸ਼ਨ ਹੈਗੀ ਇਹਨਾਂ ਦੇ ਵਿੱਚੋਂ ਸਕਨੈਦੀ ਓਕੇ ਨੈਕਸਟ ਹੈ 27 ਨੰਬਰ ਵਿਅਕਤੀ ਤੇ ਵਿਅਕਤੀ ਦੀ ਭਿੰਨਤਾ ਇੱਕ ਵਿਸ਼ਵਵਿਆਪੀ ਘਟਨਾ ਲੱਗਦੀ ਹੈ ਇਹ ਕਥਨਾ ਕਿਸ ਦੀ ਹੈ ਸੋ ਆਪਸ਼ਨ 1 ਕਥਨ ਕਿਸ ਦਾ ਹੈ ਸੋ ਆਪਸ਼ਨ 1 ਹੈ ਸਕਨਰ ਆਪਸ਼ਨ 2 ਹੈ ਟਾਈਲਰ ਆਪਸ਼ਨ 3 ਹੈ ਸਕਾਰਟ ਅਤੇ ਆਪਸ਼ਨ 4 ਹੈ ਗਾਰਡਨਰ ਵਿਅਕਤੀ ਅਤੇ ਵਿਅਕਤੀਗਤ ਭਿੰਨਤਾ ਜਿਹੜੀ ਹੈ ਉਹ ਵਿਸ਼ਵਵਿਆਪੀ ਹੈ ਜਾਨਕਿ ਪੂਰੇ ਸੰਸਾਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਹੈਗੀ ਆ ਸੋ ਇਸ ਤਰ੍ਹਾਂ ਕਥਨ ਹੈ ਇੱਕ ਕਥਨ ਜਿਹੜਾ ਹੈ ਉਹ ਟਾਈਲਰ ਦਾ ਹੈ ਓਕੇ ਨੈਕਸਟ ਹੈ 28 ਨੰਬਰ ਵਿਅਕਤੀ ਭਿੰਤਾਵਾਂ ਵਿੱਚ ਕੋਈ ਵਿਅਕਤੀ ਭਿੰਤਾਵਾਂ ਵਿੱਚ ਇਹਨਾਂ ਚੋਂ ਕਿਹੜੀ ਚੀਜ਼ ਸ਼ਾਮਲ ਹੈ অপਸ਼ਨ 1 ਹੈ ਸੰਵੇਗਾਤਮਕ ਭਿੰਤਾ অপਸ਼ਨ 2 ਹੈ ਸਰੀਰਕ ਭਿੰਤਾ অপਸ਼ਨ 3 ਹੈ ਸੰਵੇਗਾਤਮਕ ਭਿੰਤਾ ਅਤੇ অপਸ਼ਨ 4 ਹੈ ਰੁਚੀਆਂ ਵਿੱਚ ਭਿੰਤਾਵਾਂ ਅਤੇ ਅਪਰੁਕਤ ਸਾਰੇ ਅਗਰ ਅਸੀਂ ਵਿਅਕਤੀਗਤ ਭਿੰਤਾਵਾਂ ਦੀ ਗੱਲ ਕੀਤੀ ਕਰੀਏ ਤਾਂ ਇਹਦੇ ਵਿੱਚ ਸੰਵੇਗਾਤਮਕ ਇਮੋਸ਼ਨਲ ਦੇ ਉੱਤੇ ਵੀ ਪ੍ਰਭਾਵ ਪੈ ਸਕਦਾ ਹੈ ਕੋਈ ਜ਼ਿਆਦਾ ਖੁਸ਼ ਰਹਿੰਦਾ ਹੋ ਹੋ ਸਕਦਾ ਕੋਈ ਜ਼ਿਆਦਾ ਜਿਹੜਾ ਹੈ ਉਦਾਸ ਹੋਣ ਵਾਲਾ ਉਹ ਵੀ ਹੋ ਸਕਦਾ ਹੈ ਕਿ ਇੱਕ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਕੋਈ ਖੁਸ਼ੀ ਪਾ ਲੈਂਦਾ ਹੈ ਕਈ ਵਾਰ ਕੋਈ ਬਹੁਤ ਜ਼ਿਆਦਾ ਜਿਹੜਾ ਡੂੰਗਾ ਹਨ ਦੁੱਖਾਂ ਦੇ ਵਿੱਚ ਵੀ ਚਲਾ ਜਾਂਦਾ ਹੈ ਇਸ ਤੋਂ ਇਲਾਵਾ ਸਰੀਰਕ ਪਿੰਤਾ ਵੀ ਪਾਈ ਜਾਂਦੀ ਹੈ ਕੋਈ ਸਰੀਰਕ ਤੌਰ ਦੇ ਉੱਤੇ ਕਮਜ਼ੋਰ ਹੁੰਦਾ ਹੈ ਕੋਈ ਕਿਸਾ ਦੇਣਾ ਨਾ ਅੱਛਾ ਹੁੰਦਾ ਹੈ ਇਸ ਤੋਂ ਇਲਾਵਾ ਸੰਵੇਗਾਤਮਕ ਪਿੰਤਾ ਰਿਸ਼ਤੇ ਵਿੱਚ ਆ ਜਾਂਦੀ ਹੈ ਠੀਕ ਹੈ ਦੁਬਾਰਾ ਤੋਂ ਰਿਪੀਟ ਹੋ ਗਿਆ ਸੌਰੀ ਔਰ ਰੁਚੀਆਂ ਠੀਕ ਹੈ ਸੁਰੂਚੀਆਂ ਵੀ ਜਿਹੜੇ ਇਸ ਦੇ ਵਿੱਚ ਸ਼ਾਮਲ ਹੈ ਕਿ ਕਿਸੇ ਵਿ ਜੀ ਦੇ ਵਿੱਚ ਜਿਹੜਾ ਹੈ ਨਾ ਰੁਚੀ ਹੋ ਸਕਦੀ ਹੈ ਇੰਟਰਸਟ ਹੋ ਸਕਦਾ ਹੈ ਸੇ ਸਾਰੀਆਂ ਹੀ ਜਿਹੜੀਆਂ ਭਿੰਨਤਾਵਾਂ ਮਰਨੀਆਂ ਜਿਹੜੇ ਕਿ ਵਿਅਕਤੀਗਤ ਭਿੰਨਤਾਵਾਂ ਦੇ ਵਿੱਚ ਸ਼ਾਮਲ ਹੁੰਦੀਆਂ ਹੈਗੀਆਂ ਨੇ ਠੀਕ ਹੈ ਨੈਕਸਟ ਹੈ 29 ਨੰਬਰ ਹਰ ਵਿਅਕਤੀ ਦੀ ਰੁਚੀ ਦੇ ਵਿੱਚ ਤਬਦੀਲੀ ਆਉਂਦੀ ਹੈ ਕਿਸ ਦੇ ਅਨਸਾਰ অপਸ਼ਨ 1 ਹੈ ਸਥਿਤੀ ਦੇ ਅਨਸਾਰ অপਸ਼ਨ 2 ਹੈ ਉਮਰ ਦੇ ਵਧਨ ਦੇ ਨਾਲ অপਸ਼ਨ 3 ਹੈ ਵਿਦੇਸ਼ਾਂ ਦੇ ਵਿੱਚ ਜਾ ਕੇ ਅਤੇ অপਸ਼ਨ 4 ਹੈ ਦੂਜਿਆਂ ਦੇ ਸਾਹਮਣੇ ਅਗਰ ਅਸੀਂ ਗੱਲ ਕਰੀਏ ਕਿ ਹਰ ਵਿਅਕਤੀ ਦੀ ਰੁਚੀ ਦੇ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ ਤਾਂ ਇਹ ਆਉਣ ਦਾ ਕਾਰਨ ਹੁੰਦਾ ਹੈ ਉਮਰ ਦੇ ਫਤਨ ਦੇ ਨਾਲ ਸੋ ਬਚਪਨ ਦੇ ਵਿੱਚ ਸਾਨੂੰ ਛੋਟੇ ਜਿਹੇ ਖਟਿਆਉਣਿਆਂ ਦੇ ਨਾਲ ਪਿਆਰ ਹੁੰਦਾ ਹੈ ਥੋੜੇ ਜਿਹਾ ਵੱਡੇ ਹੋਣ ਦੇ ਉੱਪਰ ਸਾਨੂੰ ਹਨਾ ਥੋੜੀਆਂ ਹੋਰ ਟੈਕਨੀਕਲ ਚੀਜ਼ਾਂ ਗੇਮਸ ਵਗੈਰਾ ਹੋ ਜਾਂਦੀਆਂ ਹੈਗੀਆਂ ਨੇਗੀਆਂ ਠੀਕ ਹੈ ਇਸ ਤਰੀਕੇ ਨਾਲ ਹੌਲੀ-ਹੌਲੀ ਜਦੋਂ ਅਸੀਂ ਵੱਡੇ ਹੁੰਨੇ ਆ ਤਾਂ ਫਿਰ ਸਾਡਾ ਐਜੂਕੇਸ਼ਨ ਦੇ ਨਾਲ ਸੰਪਰਕ ਹੁੰਦਾ ਹੈ ਐਜੂਕੇਸ਼ਨ ਤੋਂ ਬਾਅਦ ਫਿਰ ਅਸੀਂ ਜਦੋਂ 18 ਪਲੱਸ ਹੁੰਨੇ ਆ ਤਾਂ ਸਾਨੂੰ ਜੌਬ ਦੀ ਟੈਨਸ਼ਨ ਪੈਂਦੀ ਹੈ ਤੇ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਹੈ ਉਹ ਤਬਦੀਲੀ ਵਦਨ ਦੇ ਨਾਲ ਨੈਕਸਟ ਹੈ 3 ਨੰਬਰ ਕਰੋ ਅਤੇ ਕਰੋ ਵੱਖ-ਵੱਖ ਬੱਚਿਆਂ ਦੇ ਸਿੱਖਣ ਬਾਰੇ ਕੀ ਕਿਹਾ ਇਹਨਾਂ ਨੇ ਸਬਪਸ਼ਨ ਇਹ ਹੈ ਇੱਕ ਹੀ ਉਮਰ ਦੇ ਬੱਚਿਆਂ ਦਾ ਸਿੱਖਣ ਦੀ ਤਤਪਰਤਾ ਦਾ ਇੱਕੋ ਪੱਧਰ ਹੋਣਾ ਜ਼ਰੂਰੀ ਨਹੀਂ ਹੈ অপਸ਼ਨ 2 ਹੈ ਇੱਕ ਹੀ ਉਮਰ ਦੇ ਬੱਚਿਆਂ ਦਾ ਸਿੱਖਣ ਦੀ ਤਤਪਰਤਾ ਦਾ ਪੱਧਰ ਇੱਕ ਹੀ ਹੁੰਦਾ ਹੈ অপਸ਼ਨ 3 ਹੈ ਇਹ ਪੱਧਰ ਕਦੇ ਇੱਕ ਹੁੰਦਾ ਹੈ ਕਦੇ ਵੱਖਰਾ-ਵੱਖਰਾ ਹੁੰਦਾ ਹੈ ਅਤੇ অপਸ਼ਨ 4 ਹੈ ਅਪਰੁਕਤ ਸਾਰੇ ਸਕਰੋ ਐਂਡ ਕਰੋ ਜਿਹੜਾ ਹੈ ਉਹ ਕਹਿੰਦਾ ਹੈ ਕਿ ਬੱਚੇ ਜਿਹੜੇ ਸਿੱਖਦੇ ਨੇ ਲਰਨਿੰਗ ਕਰਦੇ ਨੇ ਉਹਦੇ ਵਿੱਚ ਕੀ ਕੁਝ ਵਾਪਰਦਾ ਹੈ ਤਾਂ ਇਹਦੇ ਅਨੁਸਾਰ ਕਰੋ ਐਂਡ ਕਨਜ਼ੋਰ ਦੇ ਅਨੁਸਾਰ ਕਿ ਇੱਕ ਹੀ ਉਮਰ ਦੇ ਬੱਚਿਆਂ ਦੇ ਅੰਦਰ ਸਿੱਖਣ ਦੀ ਤਤਪਰਾ ਦਾ ਪੱਧਰ ਇੱਕ ਹੋਣਾ ਜ਼ਰੂਰੀ ਨਹੀਂ ਹੈ ਇਹਦਾ ਅਰਥ ਕੀ ਹੈ ਕਿ ਕੋਈ ਬੱਚਾ ਜਿਹੜਾ ਹੈ ਉਹ ਜਲਦੀ ਸਿੱਖ ਸਕਦਾ ਹੈ ਕੋਈ ਬੱਚਾ ਜਿਹੜਾ ਹੈ ਉਹ ਸਲੋ ਸਿੱਖ ਸਕਦਾ ਹੈ ਕੋਈ ਬੱਚਾ ਸੁਣ ਕੇ ਜਿਆਦਾ ਅੱਛਾ ਸਿੱਖ ਸਕਦਾ ਹੈ ਕੋਈ ਬੱਚਾ ਪ੍ਰੈਕਟਿਸ ਕਰਕੇ ਜਿਆਦਾ ਅੱਛਾ ਸਿੱਖ ਸਕਦਾ ਹੈ ਕੋਈ ਬੱਚਾ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਸਿੱਖ ਨਹੀਂ ਪਾਉਂਦਾ ਹੈਗਾ ਹਨਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਰਤ ਪੜੀਆਂ ਨੇ ਉਹ ਕਹਿੰਦੇ ਕਿ ਕੋਈ ਜ਼ਰੂਰੀ ਨਹੀਂ ਹੈ ਕਿ ਹਰ ਬੱਚਾ ਜਿਹੜਾ ਹੈ ਉਹ ਇੱਕ ਉਮਰ ਦੇ ਹੋਣ ਦੇ ਬਾਵਜੂਦ ਵੀ ਜਿਹੜਾ ਉਹਨਾਂ ਦੀ ਸਿੱਖਣ ਦੀ ਜਿਹੜੀ ਗਤੀ ਜਾਂ ਸਿੱਖਣ ਦੀ ਜਿਹੜੀ ਪ੍ਰਕਿਰਿਆ ਉਹ ਇੱਕੋ ਜਿਹੀ ਰਹੂ ਸਾਰਿਆਂ ਦੀ ਵੱਖ-ਵੱਖ ਹੋ ਸਕਦੀ ਹੈ ਠੀਕ ਹੈ ਨੈਕਸਟ ਹੈ 31 ਨੰਬਰ ਮੋਟਰ ਯੋਗਤਾਵਾਂ ਮੋਟਰ ਐਕਟੀਵਿਟੀਜ਼ ਦੇ ਵਿੱਚ ਵਾਧਾ ਕਦੋਂ ਹੁੰਦਾ ਹੈ অপਸ਼ਨ 1 ਹੈ ਸਮਾ ਮਿਲਨ ਤੇ অপਸ਼ਨ 2 ਹੈ ਟ੍ਰੇਨਿੰਗ ਵਿੱਚੋਂ অপਸ਼ਨ 3 ਹੈ ਡਰ ਕਾਰਨ ਅਤੇ অপਸ਼ਨ 4 ਹੈ ਉਮਰ ਦੇ ਨਾਲ-ਨਾਲ ਮੋਟਰ ਐਕਟੀਵਿਟੀਜ਼ ਦੇ ਵਿੱਚ ਹੁੰਦੀਆਂ ਸਾਡੇ ਹਨਾ ਚੱਲਣ ਫਿਰਨ ਦੀ ਜਿਹੜੀ ਪ੍ਰਕਿਰਿਆ ਮਾਨ ਦੇ ਨਾਲ ਕਿਸੇ ਚੀਜ਼ ਨਾਲ ਪਕੜਨਾ ਠੀਕ ਹੈ ਉਂਗਲੀਆਂ ਦੇ ਨਾਲ ਕਿਸੇ ਚੀਜ਼ ਨੂੰ ਪਕੜਨਾ ਠੀਕ ਹੈ ਬਾਹਾਂ ਦਾ ਇਸਤੇਮਾਲ ਕਰਕੇ ਹਨਾ ਚੱਲਣਾ ਔਰ ਇਸ ਤੋਂ ਇਲਾਵਾ ਬਾਹਾਂ ਤੋਂ ਅਸੀਂ ਕੋਈ ਵੀ ਕੰਮ ਲੈਣੇ ਹੈਗੇ ਆ ਜਿਸ ਪੂਰੇ ਬਾਡੀ ਤੋਂ ਜਿਹੜੀ ਹਨਾ ਮੂਵਮੈਂਟ ਹੁੰਦੀ ਹੈ ਸਾਡੀ ਬਾਡੀ ਦੇ ਵਿੱਚ ਸੋ ਸਾਰੇ ਮੋਟਰ ਐਕਟੀਵਿਟੀਜ਼ ਦੇ ਵਿੱਚ ਹੋਣਗੇ ਹੈਗੇ ਸੋ ਇਹ ਉਮਰ ਦੇ ਨਾਲ-ਨਾਲ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਵਾਧਾ ਹੁੰਦਾ ਰਹਿੰਦਾ ਹੈ ਛੋਟਾ ਬੱਚਾ ਜਿਹੜਾ ਹੈ ਉਹ ਕਿਸੇ ਵੀ ਚੀਜ਼ ਨੂੰ ਪਕੜ ਨਹੀਂ ਪਾਉਂਦਾ ਇਸ ਤੋਂ ਬਾਅਦ 2 ਸਾਲ ਤੱਕ ਜਾਂਦਾ ਜਾਂਦਾ ਹਨਾ ਉਹ ਛੋਟੀਆਂ-ਛੋਟੀਆਂ ਚੀਜ਼ਾਂ ਜਿਣੀਆਂ ਜਿਵੇਂ ਗੇਂਦ ਹੋ ਗਈ ਹੈ ਨਾ ਉਹਨਾਂ ਨੂੰ ਪਕੜਨਾ ਸ਼ੁਰੂ ਕਰ ਦਿੰਦਾ ਹੈ ਇਸ ਤੋਂ ਬਾਅ ਨੰਬਰ 29 ਨੂੰ ਪਕੜਨਾ ਸ਼ੁਰੂ ਕਰ ਦਿੰਦਾ ਹੈ ਓਕੇ ਤਾਂ ਇਹ ਉਮਰ ਦੇ ਨਾਲ ਜੁੜਿਆ ਹੋਇਆ ਪਾਰਟ ਹੈ ਨੈਕਸਟ ਹੈ 32 ਨੰਬਰ ਸਕਿਨਰ ਦੇ ਅਨੁਸਾਰ ਜਿੱਥੇ ਮੁੰਡਾ ਸਰੀਰਕ ਕੰਮ ਦੇ ਵਿੱਚ ਸਮਰੱਥਾ ਰੱਖਦੇ ਹਨ ਉੱਥੇ ਕੁੜੀਆਂ ਸਮਰੱਥਾ ਰੱਖਦੀਆਂ ਹਨ ਆਪਸ਼ਨ 1 ਹੈ ਗੁਣਾਤਮਕ ਕੰਮਾਂ ਦੇ ਵਿੱਚ ਆਪਸ਼ਨ 2 ਹੈ ਤੇਜ਼ ਚੱਲਣ ਦੇ ਵਿੱਚ ਆਪਸ਼ਨ 3 ਹੈ ਯਾਦ ਰੱਖਣ ਦੇ ਵਿੱਚ ਅਤੇ ਆਪਸ਼ਨ 4 ਹੈ ਕੋਈ ਵੀ ਨਹੀਂ ਸੋ ਅਗਰ ਅਸੀਂ ਗੱਲ ਕਰੀਏ ਸਕਿਨਰ ਦੇ ਅਨੁਸਾਰ ਤਾਂ ਜਿੱਥੇ ਉਹ ਕਹਿੰਦਾ ਮੁੰਡੇ ਸਰੀਰਕ ਤੌਰ ਦੇ ਵਿੱਚ ਜਿਆਦਾ ਮਜ਼ਬੂਤ ਹੁੰਦੇ ਨੇ ਤੇ ਕੰਮ ਕਰਨ ਦੀ ਸਮਰੱਥਾ ਰੱਖਦੇ ਹੈਗੇ ਨੇ ਜਿਆਦਾ ਤਾਂ ਕੁੜੀਆਂ ਉਸ ਜਗ੍ਹਾ ਦੇ ਉੱਪਰ ਯਾਦ ਰੱਖਣ ਦੇ ਵਿੱਚ ਵੱਧ ਅਹਿਮ ਭੂਮਿਕਾ ਨਿਭਾਉਂਦੀ ਹੈ ਯਾਨੀ ਮੁੰਡੇ ਉੱਥੇ ਯਾਦ ਨਹੀਂ ਰੱਖ ਪਾਉਂਦੇ ਮੁੰਡੇ ਸਰੀਰਕ ਕੰਮ ਕਰ ਪਾਉਂਦੇ ਨੇ ਬਟ ਕੁੜੀਆਂ ਜਿਹੜੀਆਂ ਨੇ ਉਹ ਯਾਦ ਰੱਖਣ ਦੀ ਸਮਰੱਥਾ ਰੱਖਦੀ ਹੈਗੀਆਂ ਨੇ ਓਕੇ ਨੈਕਸਟ ਹੈ 33 ਨੰਬਰ ਮਾਰਸ ਤੇ ਵਿਗੋ ਦੀ ਵਰਗੀਕਰਨ ਦੀ ਵਿਧੀ ਅਨੁਸਾਰ ਅਮਰੀਕਾ ਦੇ ਵਿੱਚ 9 ਤੋਂ 13 ਸਾਲ ਤੱਕ ਦੇ ਬੱਚਿਆਂ ਦਾ ਵਰਗੀਕਰਨ ਕਿਸ ਆਧਾਰ ਤੇ ਕੀਤਾ ਜਾਂਦਾ ਹੈ? ਸੋ ਆਪਸ਼ਨ 1 ਹੈ ਉਮਰ ਅਨੁਸਾਰ, ਆਪਸ਼ਨ 2 ਹੈ ਰੋਜ਼ਾਨਾ ਅਨੁਸਾਰ, ਆਪਸ਼ਨ 3 ਹੈ ਰੁਚੀਆਂ ਦੇ ਅਨੁਸਾਰ ਅਤੇ ਆਪਸ਼ਨ 4 ਹੈ ਵਾਧਿਕਤਾ ਦੇ ਅਨੁਸਾਰ। ਮਾਰਸ ਤੇ ਵਿਗੋ ਦੇ ਅਨੁਸਾਰ ਜਿਹੜਾ ਹੈ ਅਮਰੀਕਾ ਦੇ ਵਿੱਚ ਬੱਚਿਆਂ ਦਾ ਵਰਗੀਕਰਨ 9 ਤੋਂ 13 ਸਾਲ ਦੇ ਦੌਰਾਨ ਰੁਚੀਆਂ ਦੇ ਅਨੁਸਾਰ ਕਰਿਆ ਜਾਂਦਾ ਹੈ ਕਿ ਬੱਚੇ ਨੂੰ ਕਿਸ ਚੀਜ਼ ਦੇ ਵਿੱਚ ਇੰਟਰਸਟ ਹੈਗਾਗਾ ਓਕੇ ਨੈਕਸਟ ਹੈ 34 ਨੰਬਰ ਸਕੂਲ ਦਾ ਇਹ ਫਰਜ ਹੈ ਕਿ ਉਹ ਹਰੇਕ ਬੱਚੇ ਲਈ ਢੁਕਮੀ ਸਿੱਖਿਆ ਦੀ ਵਿਵਸਥਾ ਕਰੇ ਭਾਵੇਂ ਉਹ ਹੋਰ ਸਾਰੇ ਬੱਚਿਆਂ ਤੋਂ ਕਿੰਨਾ ਵੱਖਰਾ ਕਿਉਂ ਨਾ ਹੋਵੇ ਇਸ ਦਾ ਕਥਨਕਰ ਹੈ ਸੋ ਆਪਸ਼ਨ 1 ਹੈ ਸਕਿਨਰ ਆਪਸ਼ਨ 2 ਹੈ ਕਰੋ ਐਂਡ ਕਰੋ ਆਪਸ਼ਨ 3 ਹੈ ਟਾਈਲਰ ਅਤੇ ਆਪਸ਼ਨ 4 ਹੈ ਮਾਰਕਸ ਐਂਡ ਵਿਗੋ ਸੋ ਇਹ ਹਰ ਇੱਕ ਸੰਸਥਾ ਦਾ ਫਰਜ ਬੰਦਾ ਹੈ ਕਿ ਬੱਚਾ ਜਿਹੋ ਜਿਹਾ ਮਰਜ਼ੀ ਹੋਵੇ ਠੀਕ ਹੈ ਚਾਹੇ ਉਹ ਸਰੀਰਕ ਤੌਰ ਦੇ ਉੱਪਰ ਵੀ ਹੋਵੇ ਚਾਹੇ ਉਹ ਮੈਂਟਲ ਤੌਰ ਦੇ ਉੱਪਰ ਵੀ ਹੋਵੇ ਚਾਹੇ ਉਸ ਦੀਆਂ ਰੁਚੀਆਂ ਵੱਖ-ਵੱਖ ਰਹੀਆਂ ਹੋਣ ਪਰ ਉਹਦੇ ਲਈ ਜਿਹੜਾ ਐਜੂਕੇਸ਼ਨ ਦੀ ਜਿਹੜੀ ਵਿਵਸਥਾ ਕਰਨੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਸੋ ਇਸ ਤੇ ਜਿਹੜੇ ਕਹਿ ਸਕਦੇ ਕਥਨਕਰ ਨੇ ਜਿਨ੍ਹਾਂ ਨੇ ਸ਼ਬਦ ਕਹੇ ਨੇ ਉਹ ਕਰੋ ਐਂਡ ਕਰੋ ਹੈ ਕਿ ਨਹੀਂ ਨੈਕਸਟ ਹੈ 35 ਨੰਬਰ ਸਕਿਨਰ ਨੇ ਕਮਜ਼ੋਰ ਅਤੇ ਕਪੋਸ਼ਿਤ ਬੱਚਿਆਂ ਲਈ ਕੀ ਸੁਝਾਅ ਦਿੱਤਾ ਹੈ? ਸੋ ਆਪਸ਼ਨ 1 ਹੈ ਆਰਾਮ ਦੇ ਘੰਟੇ ਨਿਸ਼ਚਿਤ ਕੀਤੇ ਜਾਣ। ਆਪਸ਼ਨ 2 ਹੈ ਸਕਲੀਟ ਨ ਵੱਖਰਾ ਪੜਾਇਆ ਜਾਵੇ। ਆਪਸ਼ਨ 3 ਹੈ ਵੱਖਰੀਆਂ ਜਮਾਤਾਂ ਦਾ ਪ੍ਰਬੰਧ ਕੀਤਾ ਜਾਵੇ। ਅਤੇ ਆਪਸ਼ਨ 4 ਹੈ ਵੱਖਰੇ ਸਕੂਲ ਖੋਲੇ ਜਾਣ। ਸੋ ਸਕਿਨਰ ਦੇ ਅਨੁਸਾਰ ਕਮਜ਼ੋਰ ਤੇ ਕਪੋਸ਼ਿਤ ਬੱਚਿਆਂ ਦੇ ਲਈ ਉਹਨਾਂ ਨੇ ਸੁਝਾਅ ਦਿੱਤਾ ਹੈ। ਕੁਨਨ ਨੂੰ ਆਰਾਮ ਦੇ ਘੰਟੇ ਜਿਹੜੇ ਉਹਨਾਂ ਸਿਚਿਤ ਦੇ ਕੀਤੇ ਜਾਣ ਕਿਉਂਕਿ ਜਦੋਂ ਉਹਨਾਂ ਨੂੰ ਰੈਸਟ ਕਰਵਾਈ ਜਾਵੇਗੀ ਤਾਂ ਉਹ ਸੁਭਾਵਿਕ ਹੈ ਕਿ ਉਹਨਾਂ ਦੀ ਕੰਮ ਕਰਨ ਦੀ ਜਿਹੜੀ ਸਮਰੱਥਾ ਰਹੇਗੀ ਜੇਕਰ ਉਹਨਾਂ ਤੋਂ ਰੈਸਟ ਕੰਟੀਨਿਊ ਪੜਾਇਆ ਜਾਵੇਗਾ ਤਾਂ ਉਹਨਾਂ ਦੇ ਉੱਪਰ ਜਿਹੜੀ ਕਹਿ ਸਕਦੇ ਕਿਸੇ ਨਾ ਕਿਸੇ ਤਰ੍ਹਾਂ ਦੀ ਦਿੱਕਤ ਪਵੇਗੀ ਇਹ ਸਮਝਣ ਦੇ ਵਿੱਚ ਨੈਕਸਟ ਹੈ 36 ਨੰਬਰ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਸਿੱਖਦੀਆਂ ਹਨ ਸੋ ਆਪਸ਼ਨ 1 ਹੈ ਵਿਧੇਰੀ ਦੇਰ ਦੇ ਨਾਲ ਆਪਸ਼ਨ 2 ਹੈ ਵਿਧੇਰੇ ਛੇਤੀ ਆਪਸ਼ਨ 3 ਹੈ ਵਿਧੇਰੇ ਛੇਤੀ ਤੇ ਵਿਧੇਰੇ ਦੇਰ ਦੇ ਨਾਲ ਅਤੇ ਆਪਸ਼ਨ 4 ਹੈ ਕੋਈ ਵੀ ਨਹੀਂ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਜਿਹੜੀ ਸਿੱਖਣ ਸ਼ਕਤੀ ਹੁੰਦੀ ਹੈ ਉਹ ਵਧੇਰੇ ਛੇਤੀ ਹੁੰਦੀ ਹੈ ਮੁੰਡਿਆਂ ਦੇ ਨਾਲੋਂ ਜਲਦੀ ਸਿੱਖਦੀਆਂ ਨੇ ਕੋਈ ਵੀ ਚੀਜ਼ ਠੀਕ ਹੈ ਚਾਹੇ ਐਜੂਕੇਸ਼ਨ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਕੰਮ ਹੋਵੇ ਉਹਦੇ ਵਿੱਚ ਉਹ ਜ਼ਿਆਦਾ ਐਕਸਪਰਟ ਹੋ ਜਾਂਦੀਆਂ ਨੇ ਨੈਕਸਟ ਹੈ 37 ਨੰਬਰ ਵਿਅਕਤੀਗਤ ਭਿੰਨਤਾਵਾਂ ਨੂੰ ਘਟਾਉਣ ਲਈ ਵਿਦਿਆਰਥੀ ਨੂੰ ਕਿਹੜੇ ਖੇਤਰ ਦੇ ਵਿੱਚ ਅਗਵਾਈ ਦੇਣ ਦੀ ਲੋੜ ਹੈ ਆਪਸ਼ਨ 1 ਹੈ ਸਿਹਤ ਸੰਬੰਧੀ ਅਗਵਾਈ ਆਪਸ਼ਨ 2 ਹੈ ਸਮਾਜਿਕ ਅਗਵਾਈ ਆਪਸ਼ਨ 3 ਹੈ ਮਨੋਵਿਗਿਆਨਿਕ ਅਗਵਾਈ ਅਤੇ ਆਪਸ਼ਨ 4 ਹੈ ਭਾਵਨਾਤਮਕ ਅਗਵਾਈ ਤੇ ਅਪਰੋਕਤ ਸਾਰੇ ਸੋ ਵਿਅਕਤੀਗਤ ਭਿੰਤਤਾਵਾਂ ਨੂੰ ਘਟਾਉਣ ਦੇ ਲਈ ਵਿਦਿਆਰਥੀਆਂ ਦੇ ਲਈ ਸਾਰੇ ਜਾਨੀ ਕਿ ਸਿਹਤ ਸੰਬੰਧੀ ਸਮਾਜਿਕ ਅਗਵਾਈ ਮਨੋਵਿਗਿਆਨਿਕ ਅਗਵਾਈ ਤੇ ਭਾਵਵਾਤਕ ਅਗਵਾਈ ਜਿਹੜੀ ਆ ਉਹ ਦੇਣੀ ਚਾਹੀਦੀ ਹੈ ਇਹਦੀ ਬਦੌਲਤ ਹੀ ਅਸੀਂ ਵਿਅਕਤੀਗਤ ਭਿੰਤਤਾਵਾਂ ਨੂੰ ਘਟ ਕਰ ਸਕਦੇ ਹਾਂ ਨੈਕਸਟ ਹੈ 38 ਨੰਬਰ ਕਿਹੜੇ ਅਨੁਛੇਦ ਵਿੱਚ ਇਹ ਵਿਵਸਥਾ ਹੈ ਕਿ ਸਾਰੇ ਅਲਪ ਸੰਖਿਆਕ ਦਾ ਮਤਲਬ ਘੱਟ ਸੰਖਿਆ ਜਿਹੜੇ ਚਾਹੇ ਉਹ ਭਾਸ਼ਾ ਦੇ ਆਧਾਰਤ ਹਨ ਜਦ ਧਰਮ ਉੱਪਰ ਉਹਨਾਂ ਨੂੰ ਆਪਣੀ ਪਸੰਦੀ ਕੋਈ ਵੀ ਸੰਸਥਾ ਸਥਾਪਿਤ ਜਾਂ ਸ਼ਾਸਿਤ ਕਰਨ ਦਾ ਅਧਿਕਾਰ ਹੈ ਸੋ ਆਪਸ਼ਨ 1 ਹੈ ਅਨੁਛੇਦ 29 1 ਆਪਸ਼ਨ 2 ਹੈ ਅਨੁਛੇਦ 29 2 ਆਪਸ਼ਨ 3 ਹੈ ਅਨੁਛੇਦ 30 ਭਾਗ ਪਹਿਲਾ ਆਪਸ਼ਨ 3 ਹੈ ਅਨੁਛੇਦ 30 ਭਾਗ ਦੂਜਾ ਸੋ ਰਾਈਟ ਹੈ ਇਸ ਦਾ ਅਨਸਰ ਅਨੁਛੇਦ ਦੀ ਭਾਗ ਪਹਿਲਾ ਜਿਹੜਾ ਹੈ ਜਾਨਕਿ ਸੀ ਨੰਬਰ ਜਿਹੜਾ ਹੈ ਉਹ ਰਾਈਟ ਹੈ ਜਿਸ ਦੇ ਵਿੱਚ ਕਿਸੇ ਵੀ ਘੱਟ ਸੰਖਿਆ ਕੇ ਵਿਅਕਤੀਆਂ ਨੂੰ ਭਾਸ਼ਾ ਦੇ ਆਧਾਰ ਤੇ ਜਾਂ ਧਰਮ ਦੇ ਉੱਪਰ ਉਹਨਾਂ ਨੂੰ ਆਪਣੀ ਪਸੰਦ ਦੀ ਕੋਈ ਵੀ ਸੰਸਥਾ ਸਥਾਪਿਤ ਕਰਨ ਜਾਂ ਉਸ ਦੇ ਉੱਪਰ ਸ਼ਾਸਿਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਨੈਕਸਟ ਹੈ ਮਨੁੱਖਾਂ ਵਿੱਚ ਨਿੱਜੀ ਮਤਭੇਦਾਂ ਦੇ ਨਿਰਧਾਰਨ ਕਿਸ ਨਾਲ ਸੰਬੰਧਿਤ ਹਨ ਸਬਕਸ਼ਨਿਕਾ ਵਾਤਾਵਰਨ ਦੇ ਵਿੱਚ ਅੰਤਰ ਆਪਸ਼ਨ 2 ਹੈ ਵਿਰਾਸਤ ਵਿੱਚ ਅੰਤਰ ਆਪਸ਼ਨ 3 ਹੈ ਵਿਰਾਸਤ ਤੇ ਵਾਤਾਵਰਨ ਦੇ ਵਿੱਚ ਅੰਤਰ ਕਿਰਿਆ ਅਤੇ ਆਪਸ਼ਨ ਚਾਰ ਹੈ ਵੱਖ-ਵੱਖ ਤਰ੍ਹਾਂ ਨਾਲ ਅੰਤਰਕਿਰਿਆ ਕਰ ਰਹੇ ਦੋਵੇਂ ਵਿਰਾਸਤ ਅਤੇ ਵਾਤਾਵਰਣ ਸੋ ਰਾਈਟਸਟ ਅਨਸਰ ਸੀ ਆਪਸ਼ਨ ਵਿਰਾਸਤ ਤੇ ਵਾਤਾਵਰਣ ਵਿੱਚ ਅੰਤਰਕਿਰਿਆ ਦੇ ਨਾਲ ਮਨੁੱਖਾਂ ਦੇ ਵਿੱਚ ਨਿਚੀ ਮੱਤ ਪੇਜੜੇ ਨੇ ਉਹ ਨਿਰਧਾਰਿਤ ਕੀਤੇ ਜਾਂਦੇ ਨੇ ਨੈਕਸਟ ਹੈ 40 ਨੰਬਰ ਸਖਿਆਰਥੀਆਂ ਵਿੱਚ ਨਿੱਜੀ ਭਿੰਤਾ ਹੁੰਦੀ ਹੈ ਇਸ ਲਈ ਅਧਿਆਪਕ ਨੂੰ ਸੋ ਆਪਸ਼ਨ 1 ਹੈ ਕਈ ਪ੍ਰਕਾਰ ਦੇ ਸਿੱਖਣ ਤਜਰਬੇ ਪ੍ਰਦਾਨ ਕਰਨੇ ਚਾਹੀਦੇ ਹਨ ਆਪਸ਼ਨ 2 ਹੈ ਸਖਤ ਅਨੁਸ਼ਾਸਨ ਲਗਾਉਣਾ ਚਾਹੀਦਾ ਹੈ ਆਪਸ਼ਨ 3 ਹੈ ਤੈਸਤਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਅਤੇ ਆਪਸ਼ਨ 4 ਹੈ ਸਿੱਖਣ ਦੀ ਇੱਕ ਸਰਤਾ ਦੀ ਵਿੱਥ ਤੇ ਜ਼ੋਰ ਦੇਣਾ ਚਾਹੀਦਾ ਹੈ ਸੋ ਰਾਈਟ ਅਨਸਰ ਸੀ ਹੈ ਇਹ ਆਪਸ਼ਨ ਕਈ ਪ੍ਰਕਾਰ ਦੇ ਸਿੱਖਣ ਤਜਰਬੇ ਹੋਣੇ ਚਾਹੀਦੇ ਨੇ ਤਾਂ ਕਿ ਉਹ ਸਖਿਆਰਥੀਆਂ ਦੇ ਵਿੱਚ ਜੋ ਨਿੱਜੀ ਪਿੰਤਾ ਪਾਈ ਜਾਂਦੀ ਹੈ ਸੋ ਉਸ ਨੂੰ ਸਮਝ ਕੇ ਟੀਚਿੰਗ ਕਰ ਸਕੇ ਪੜਾ ਸਕੇ ਬੱਚਾ ਨੂੰ ਓਕੇ ਸੋ ਇਸੇ ਅਜ ਦਾ ਸਾਡਾ ਸੈਸ਼ਨ ਜਿਸ ਦੇ ਵਿੱਚ ਇੰਡੀਵਿਜੂਅਲੀ ਡਿਫਰੈਂਸ ਦੇ ਨਾਲ ਸੰਬੰਧ ਜਿਹੜੀ ਆਪਾਂ ਕੁਐਸਚਨ ਡਿਸਕਸ ਕਰਦੇ ਨੇ ਸੋ ਅੱਜ ਜਿਹੜੀ ਕਲਾਸ ਉਹ ਆਫਲਾਈਨ ਹੈਗੀ ਸੋ ਕੱਲ ਤੋਂ ਜਿਹੜੀ ਇਹ ਸਭਾਵਨਾ ਰਹੇਗੀ ਕਿ ਆਨਲਾਈਨ ਜਿਹੜੀ ਕਲਾਸ ਰਹੇਗੀ ਕਿਉਂਕਿ ਥੋੜੇ ਟੈਕਨੀਕਲ ਪ੍ਰੋਬਲਮ ਸੀ ਇਸ ਕਰਕੇ ਜਿਹੜੀ ਕਲਾਸ ਆ ਆਨਲਾਈਨ ਨਹੀਂ ਲੱਗ ਪਈ ओके okay, so what's सो WhatsApp ਗਰੁੱਪ ਜੁਆਇਨ ਕਰਨ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੀ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ so much